ਲੁਧਿਆਣਾ ਦੇ ਵਿੱਚ ਔਰਤ ਨੂੰ ਅਗਵਾ ਕਰਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕਰਨ ਵਾਲੇ ਤਿੰਨ ਪੰਜਾਬੀਆਂ ਦਾ ਪਰਦਾਫਾਸ਼ ਹੋ ਚੁੱਕਿਆ। ਇਹ ਪੰਜਾਬੀ ਹੁਣ ਟੋਰਾਂਟੋ ਪੁਲਿਸ ਯੋਰਕ ਰੀਜਨ ਪੁਲਿਸ ਦੇ ਹੱਥੇ ਚੜ ਚੁੱਕੇ ਨੇ। ਇਹਨਾਂ ਦੇ ਵਿੱਚੋਂ ਦੋ ਤਾਂ ਜਿੱਥੇ ਪਹਿਲਾਂ ਹੀ ਗ੍ਰਿਫਤਾਰ ਹੋ ਗਏ ਸੀ ਤਾਂ ਹੁਣ ਕੈਨੇਡਾ ਪੁਲਿਸ ਨੇ ਤੀਜੇ ਪੰਜਾਬੀ ਨੂੰ ਵੀ ਗ੍ਰਿਫਤਾਰ ਕਰ ਲਿਆ। ਯੋਰਕ ਰੀਜਨ ਪੁਲਿਸ ਦੇ ਹੱਥ ਉਸ ਵੇਲੇ ਵੱਡੀ ਸਫਲਤਾ ਲੱਗੀ ਜਦੋਂ ਇੱਕ ਸਾਲ ਪੁਰਾਣੇ ਐਲਨਾਜ਼ ਨਾਮਕ ਔਰਤ ਨੂੰ ਅਗਵਾ ਕਰਨ ਦੇ ਮਾਮਲੇ ਦੇ ਵਿੱਚ ਚੌਥੇ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਵਿੱਚੋਂ ਤਿੰਨ ਪੰਜਾਬੀ ਸੀ ਅਤੇ ਇੱਕ ਗੈਰ ਪੰਜਾਬੀ ਮੂਲ ਦਾ ਨੌਜਵਾਨ ਸੀ। ਸ਼ੱਕੀ ਦੀ ਪਛਾਣ 25 ਸਾਲਾਂ ਦੇ ਹਰਸ਼ਪ੍ਰੀਤ ਸੇਖੋਂ ਵਜੋਂ ਕੀਤੀ ਗਈ ਹੈ, ਜਿਸ ਨੂੰ ਬੀਤੀ 16 ਫਰਵਰੀ ਨੂੰ ਕਾਬੂ ਕੀਤਾ ਗਿਆ। ਪੁਲਿਸ ਦੇ ਮੁਤਾਬਕ ਇਹ ਗ੍ਰਿਫਤਾਰੀ ਐਲਨਾਜ਼ ਦੇ ਅਗਵਾ ਹੋਣ ਤੋਂ ਇੱਕ ਮਹੀਨਾ ਪਹਿਲਾਂ ਯਾਨੀ ਕਿ 20 ਦਸੰਬਰ 2021 ਨੂੰ ਰਿਚਮੰਡ ਹਿੱਲ ਦੇ ਅੰਡਰਗਰਾਊਂਡ ਪਾਰਕਿੰਗ ਲੋਟ ਦੇ ਵਿੱਚ ਉਸ ਉੱਪਰ ਫਰਾਇੰਗ ਪੈਨ ਦੇ ਨਾਲ ਕੀਤੇ ਗਏ ਹਮਲੇ ਨਾਲ ਸੰਬੰਧਿਤ ਸੀ। ਉਸ ਵੇਲੇ ਐਲਨਾਜ਼ ਦੇ ਸਿਰ ਦੇ ਵਿੱਚ 40 ਟਾਂਕੇ ਲੱਗੇ ਸਨ। ਪੁਲਿਸ ਅਤੀਤ ਵਿੱਚ ਕਹਿ ਚੁੱਕੀ ਹੈ ਕਿ ਹਮਲੇ ਦੇ ਦੌਰਾਨ ਇੱਕ ਗੁਆਂਢੀ ਉੱਥੇ ਆ ਗਿਆ ਅਤੇ ਉਸਨੇ ਸ਼ੱਕੀਆਂ ਨੂੰ ਰੋਕ ਦਿੱਤਾ, ਜਿਸ ਮਗਰੋਂ ਸ਼ੱਕੀ ਇੱਕ ਚੋਰੀ ਕੀਤੀ ਗਈ ਗੱਡੀ ਦੇ ਵਿੱਚ ਫਰਾਰ ਹੋ ਗਏ। ਬਾਅਦ ਵਿੱਚ ਪੁਲਿਸ ਨੇ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਅਤੇ ਐਲਨਾਜ਼ ਦੇ 35 ਸਾਲਾਂ ਬੋਏਫ੍ਰੈਂਡ ਮੁਹੰਮਦ ਲੀਲੋਵ ਦੇ ਵਿਰੁੱਧ ਇਰਾਦਾ ਕਤਲ ਅਤੇ ਅਗਵਾ ਕਰਨ ਦੀ ਕੋਸ਼ਿਸ਼ ਦੇ ਦੋਸ਼ ਆਇਦ ਕੀਤੇ ਗਏ। ਇਸ ਤੋਂ ਇਲਾਵਾ ਦੋ ਪੰਜਾਬੀ ਜਿਨ੍ਹਾਂ ਦਾ ਨਾਮ 23 ਸਾਲਾਂ ਦੇ ਰਿਆਸਤ ਸਿੰਘ ਜੋ ਕਿ ਮਿਸੀਸਾਗਾ ਨਾਲ ਸੰਬੰਧਿਤ ਹੈ ਅਤੇ ਹਰਸ਼ਦੀਪ ਬੈਨਰ ਜੋ ਕਿ ਬ੍ਰੈਂਪਟਨ ਦਾ ਹੈ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਵੱਲੋਂ ਪਿਛਲੇ ਮਹੀਨੇ ਹਰਜਮੀਰੀ ਦੇ ਟਿਕਾਣੇ ਬਾਰੇ ਜਾਣਕਾਰੀ ਦੇਣ ਵਾਲੇ ਕਿਸੇ ਵੀ ਵਿਅਕਤੀ ਨੂੰ $1,00,000 ਤੱਕ ਦਾ ਵੱਡੀ ਰਕਮ ਦਾ ਇਨਾਮ ਦੇਣ ਦਾ ਐਲਾਨ ਕਰਨ ਤੋਂ ਬਾਅਦ ਹੀ ਪਹਿਲੀ ਗ੍ਰਿਫਤਾਰੀ ਹੋਈ ਸੀ। ਇੱਥੇ ਤੁਹਾਨੂੰ ਦੱਸਣਾ ਬਣਦਾ ਹੈ ਕਿ ਵਿਸਾਗਾ ਬੀਚ ਤੋਂ 1 ਸਾਲ ਪਹਿਲਾਂ ਅਗਵਾ ਹੋਈ ਐਲਨਾਜ਼ ਹਜਤਾਮੇਰੀ ਦੇ ਮਾਮਲੇ ਦੇ ਵਿੱਚ ਓਨਟੈਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਬੀਤੀ 16 ਫਰਵਰੀ ਨੂੰ 3 ਸ਼ੱਕੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਸੀ, ਜਿਨ੍ਹਾਂ ਦੇ ਵਿੱਚੋਂ ਇੱਕ ਔਰਤ ਹੈ। ਪੁਲਿਸ ਦੇ ਮੁਤਾਬਕ ਤਸਵੀਰਾਂ ਕਿਊਬੈਕ ਦੇ ਵਿੱਚ ਖਿੱਚੀਆਂ ਗਈਆਂ, ਪਰ ਪੜਤਾਲ ਦਰਸਾਉਂਦੀ ਹੈ ਕਿ 3 ਜਾਣੇ ਓਨਟੈਰੀਓ ਦੇ ਨਾਲ ਸੰਬੰਧਿਤ ਸਨ। ਪੁਲਿਸ ਦੇ ਮੁਤਾਬਕ ਐਲਨਾਜ਼ ਨੂੰ ਉਸ ਦੇ ਮਕਾਨ ਦੇ ਵਿੱਚ ਜ਼ਬਰਦਸਤੀ ਘਸੀੜ ਕੇ ਲਿਜਾਇਆ ਗਿਆ, ਜਿੱਥੇ ਉਹ ਆਪਣੇ ਪਰਿਵਾਰ ਸਮੇਤ ਲੁਕੀ ਹੋਈ ਸੀ। ਐਲਨਾਜ਼ ਨੂੰ ਕਥਿਤ ਤੌਰ 'ਤੇ ਅਗਵਾ ਕਰਨ ਵਾਲੇ ਸਫੇਦ ਰੰਗ ਦੀ ਲੈਕਸਸ SUV ਦੇ ਵਿੱਚ ਆਏ, ਜਿਨ੍ਹਾਂ ਨੇ ਪੁਲਿਸ ਵਰਦੀ ਨਾਲ ਮਿਲਦੇ ਜੁਲਦੇ ਕੱਪੜੇ ਪਹਿਨੇ ਹੋਏ ਸੀ। ਓਨਟੈਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਡਿਟੈਕਟਿਵ ਇੰਸਪੈਕਟਰ ਮਾਰਟਿਨ ਗ੍ਰਾਹਮ ਨੇ ਪੂਰੇ ਯਕੀਨ ਨਾਲ ਕਿਹਾ ਕਿ 3 ਜਾਣੇ ਗ੍ਰੇਟਰ ਟੋਰਾਂਟੋ ਏਰੀਆ ਦੇ ਨਾਲ ਸੰਬੰਧ ਰੱਖਦੇ ਨੇ। ਇਸ ਤੋਂ ਪਹਿਲਾਂ ਵੀ ਓਨਟੈਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ 2 ਸ਼ੱਕੀਆਂ ਦੇ ਸਕੈਚ ਜਾਰੀ ਕੀਤੇ ਸੀ ਅਤੇ $1,00,000 ਦੀ ਇਨਾਮੀ ਰਕਮ ਦਾ ਵੱਡਾ ਐਲਾਨ ਵੀ ਕੀਤਾ ਸੀ। ਅਤੇ ਹੁਣ ਜਿਹੜੀ ਗ੍ਰਿਫਤਾਰੀ ਹੋਈ ਇੱਕ ਪੰਜਾਬੀ ਨੌਜਵਾਨ ਦੀ, ਉਹ ਇਸ ਮਾਮਲੇ ਦੇ ਵਿੱਚ ਇੱਕ ਵੱਡੀ ਸਫਲਤਾ ਹੈ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।